मेरा नाम है प्रमोद भाटिया, फगवाड़ा तो। मैं 2008 ਦੇ ਵਿੱਚ ਆਪਣੀ ਬੀਕਾਮ ਕੰਪਲੀਟ ਕੀਤੀ ਤੇ 2008 ਤੋਂ ਲੈ ਕੇ ਹੁਣ ਤੱਕ ਮੈਂ ਆਪਣੇ SDFC ਬੈਂਕ 'ਚ ਕੰਮ ਕਰ ਰਿਹਾ ਸੀ ਤੇ 10 ਸਾਲ ਦਾ ਐਕਸਪੀਰੀਅੰਸ ਵੀ ਹੈਗਾ। 10 ਸਾਲ ਦਾ ਗੈਪ ਕਹਿ ਲਓ, ਜੋ ਮਰਜ਼ੀ ਕਹਿ ਲਓ, 10 ਸਾਲ ਬਹੁਤ ਹੁੰਦੇ ਆ ਕਵਰ ਕਰਨ ਲਈ ਕਿਸੇ ਵੀ ਏਜੰਟ ਦੇ ਲਈ। ਤੇ ਮੈਨੂੰ ਥੋੜ੍ਹਾ ਡਿਫੀਕਲਟ ਲੱਗ ਰਿਹਾ ਸੀਗਾ ਕਿ ਹਾਂ, ਥੋੜ੍ਹਾ ਡਾਈਸੀ ਵੀ ਸੀਗਾ ਕਿ ਹਾਂ ਵੀਜ਼ਾ ਲੱਗੂਗਾ ਕਿ ਨਹੀਂ ਲੱਗੂਗਾ। 2-3 ਏਜੰਟਸ ਘੁਲ ਗਿਆ, ਕੁਛ ਨੇ ਰਿਸਪੋਂਸ ਅੱਛਾ ਦਿੱਤਾ, ਕੁਛ ਨੇ ਮਾੜਾ ਦਿੱਤਾ, ਲੇਕਿਨ ਸਰਵਿਸ ਉੱਦਾਂ ਦੀ ਨਹੀਂ ਸੀਗੀ ਜਿੱਦਾਂ ਦੀ ਮੈਂ ਚਾਹੁੰਦਾ ਸੀਗਾ। ਅਤੇ ਫਿਰ ਮੇਰੇ ਬ੍ਰਦਰ ਇਨ ਲੋ ਸੌਰਵ ਭਾਅ ਜੀ ਨੇ ਮੈਨੂੰ ਰੈਕਮੈਂਡ ਕੀਤਾ ASS ਗਲੋਬਲ ਰੋਹਿਤ ਸਰ ਨੂੰ। ਰੋਹਿਤ ਸਰ ਦੇ ਕੋਲ ਆਇਆ ਤਾਂ ਇਹਨਾਂ ਨੇ ਡਾਕੂਮੈਂਟਸ ਦੇਖੇ ਅਤੇ ਕ੍ਰੈਡੈਂਸ਼ੀਅਲ ਦੇਖੇ, ਕਹਿੰਦੇ ਕ੍ਰੈਡੈਂਸ਼ੀਅਲ ਅੱਛੇ ਹੈਗੇ ਆ। ਅਤੇ ਇਹਨਾਂ ਨੇ ਅਪਲਾਈ ਕੀਤਾ, 25 July ਨੂੰ ਅਪਲਾਈ ਕੀਤਾ ਸੀ। ਸਾਰਾ ਡਾਕੂਮੈਂਟਸ ਵਗੈਰਾ ਆਪਾਂ ਮੈਂ ਦਿੱਤੇ ਇੱਥੇ। 20 September ਨੂੰ ਮੈਂ ਫਾਈਲ ਲੌਂਚ ਕੀਤੀ ਆਪਣੀ ਅਤੇ ਵਿਦਇਨ 20 days ਮੇਰਾ ਵੀਜ਼ਾ ਆ ਗਿਆ। ਐਂਡ ਆਈ ਐਮ ਹੈਪੀ ਕਿ ਮੇਰਾ 20 days ਦੇ ਵਿੱਚ ਵੀਜ਼ਾ ਆ ਗਿਆ ਆ। ਸੋ ਨਾਓ ਹੁਣ ਥੈਂਕਫੁਲ ਹੈਗਾ ਆ ਰੋਹਿਤ ਸਰ ਐਂਡ ਟੀਮ ਦਾ ਅਤੇ ਮੇਰੇ ਬ੍ਰਦਰ ਇਨ ਲੋ ਸੌਰਵ ਭਾਅ ਜੀ ਦਾ ਅਤੇ ਉਹਨਾਂ ਦੀ ਫੈਮਿਲੀ ਦਾ, ਜਿਨ੍ਹਾਂ ਨੇ ਸਪੋਰਟ ਕੀਤਾ ਅਤੇ ਰੈਕਮੈਂਡ ਕੀਤਾ ਮੈਨੂੰ। ਹੁਣ ਮੈਂ ਤੁਹਾਨੂੰ ਵੀ ਕਹਿ ਰਿਹਾ ਕਿ ਹਾਂ, ਤੁਸੀਂ ਵੀ ਇੱਥੇ ਆਓ ਇੱਕ ਵਾਰੀ ਅਤੇ ASS ਗਲੋਬਲ ਵਿਜ਼ਿਟ ਕਰੋ, ਕਿਉਂਕਿ ਜੇ ਮੇਰਾ ਵੀਜ਼ਾ ਲੱਗ ਸਕਦਾ 10 ਸਾਲ ਦਾ ਗੈਪ ਕਵਰ ਹੋ ਸਕਦਾ, ਤੁਹਾਡਾ ਵੀ ਹੋ ਸਕਦਾ ਆ, ਸ਼ਾਇਦ ਮੇਬੀ ਤੁਹਾਡਾ ਘੱਟ ਹੋਵੇ, ਪਰ ਮੇਰਾ ਜ਼ਿਆਦਾ ਸੀਗਾ। ਥੈਂਕ ਯੂ।